ਲੁੱਟੀ ਸੁਣੀ ਪਰ ਰੱਬ ਦਾ ਨਾਮ ਨਾ ਭੁੱਲੇ। ਕੀ ਬਾਤ ਆ ਦੋਸਤੋ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕਿੱਦਾਂ ਜੀ, ਠੀਕ ਠਾਕ ਹੋ ਦੋਸਤੋ? ਦੋਸਤੋ ਅੱਜ ਜਿਹੜਾ ਆਪਾਂ ਸੌਂਗ ਰੈਡ ਕਰਾਂਗੇ, ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ, ਬਾਏ ਬੱਬੂ ਮਾਨ। ਦੋਸਤੋ ਇਹ ਗਾਣੇ ਦਾ ਮਿਊਜ਼ਿਕ ਤੇ ਲਿਰਿਕਸ ਬਾਈ ਬੱਬੂ ਮਾਨ ਦੇ ਨੇ, ਤੇ ਉਹੀ ਚੰਨ ਉਹੀ ਰਾਤਾਂ ਐਲਬਮ ਦਾ ਇਹ ਗਾਣਾ ਵਾ, ਤੇ ਮਿਊਜ਼ਿਕ ਲੈਵਲ ਟੀ ਸੀਰੀਜ਼ ਬਾਈ ਨੇ ਰਿਲੀਜ਼ ਕੀਤੀ ਸੀ ਐਲਬਮ ਨਾ। ਚਲੋ ਆ ਜਾਵੇ ਦੋਸਤੋ, ਗਾਣਾ ਸ਼ੁਰੂ ਕਰਦੇ ਹਾਂ, ਦੇਖਦੇ ਹਾਂ। ਗਾਣਾ ਬਹੁਤ ਪੁਰਾਣਾ ਗਾਣਾ, ਤੇ ਹੋ ਨਹੀਂ ਸਕਦਾ ਕਿਸੇ ਨੇ ਨਾ ਸੁਣਿਆ ਹੋਵੇ ਨਾ, ਵਿਆਹ ਸ਼ਾਦੀ ਹੋਵੇ, ਕੋਈ ਵੀ ਫੰਕਸ਼ਨ ਹੋਵੇ, ਤੇ ਹੋ ਨਹੀਂ ਸਕਦਾ ਵੀ ਇਹ ਗਾਣਾ ਨਾ ਪਲੇ ਹੋਵੇ ਨਾ। ਤੇ ਚਲੋ ਫਿਰ ਕਰਦੇ ਸ਼ੁਰੂ ਦੋਸਤੋ। ਕਬੂਤਰਬਾਜ਼ੀ ਦਾ ਇਹ ਲੈਣ ਤੋਂ ਬਾਅਦ ਕਿੰਨੇ ਜਾਣਿਆਂ ਨੇ ਕਬੂਤਰ ਪਾਲੇ ਨਾ ਉਦੋਂ, ਜਿਹੜਾ ਬਾਈ ਦਾ ਕੱਟੜ ਫਨ ਉਹਨੇ ਪੱਕਾ ਕਬੂਤਰ ਉਦੋਂ ਰੱਖੇ ਨੇ ਨਾ, ਜਦੋਂ ਗਾਣਾ ਆਇਆ ਸੀਗਾ, ਤੇ ਹੁਣ ਤੱਕ ਵੀ ਕਈਆਂ ਨੇ ਸਾਂਭੇ ਹੋਣਗੇ ਨਾ। ਇੱਕ ਚਸਕਾ ਜੂਏ ਦੀ ਬਾਜ਼ੀ ਦਾ ਲਈਏ ਰੁਤਬਾ ਸੰਭੂ ਬਾਜ਼ੀ ਦਾ ਨੀ, ਜਿਹੜਾ ਅੜੇ ਤਾਂ ਘਾਟਾ ਲਾ ਦੀਦਾ। ਸ਼ੌਕ ਕਬੂਤਰ ਇੱਕ ਚਸਕਾ ਜੂਏ ਦੀ ਦਈ ਰੁਤਬਾ ਸਭ ਨੂੰ, ਜਿਹੜਾ ਅੜੇ ਤਾਂ ਕਾਟਾ। ਰੁੱਖ ਮੋੜ ਗਈ ਹੈ ਤਲਵਾਰਾਂ ਦਾ ਮਿੱਤਰਾਂ ਨੂੰ ਸ਼ੌਕ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ। ਉਹ ਇੱਕ ਚਾਕਾ ਸੋਹਣੀਆਂ ਨਾਰਾਂ ਦਾ, ਜਿਹੜੀ ਸੁੱਟਦੀ ਰੌਂਦ ਨਾਲ ਚਾਲੀ। ਇੱਕ ਰੱਖੀ ਜਿਪਸੀ ਕਾਲੀ, ਸੂਟੇ ਦੀ ਹੋ ਵੀ ਪਾਲੀ। ਕਿਆ ਬਾ ਸਰਾ ਉਹਦੇ ਤੇ ਨਾਲੀ, ਉਹ ਜਿਹੜੀ ਸੁੱਟਦੀ ਰੌਂਦ ਚਾਲੀ। ਇੱਕ ਜਿਪਸੀ ਕਾਲੀ, ਸੂਟੇ ਦੀ ਹੋ ਪਾਲੀ। ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ, ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ। ਉਹ ਇੱਕ ਚਾਕਾ ਸੋਹਣੀਆਂ ਨਾਰਾਂ ਦਾ, ਦੇਖੋ ਦੋਸਤੋ ਉਸ ਟਾਈਮ 'ਚ ਬਾਈ ਨੇ ਵੀਡੀਓ ਵੀ ਨਾ ਇੱਕ ਸਟੋਰੀ ਟਾਈਪ ਬਣਾਈ ਹੋਈ ਆ ਨਾ, ਕੋਈ ਉਹਦੇ ਪਿੱਛੇ ਲੱਗੀ ਹੋਈ ਆ ਵੀ ਕੋਈ ਇੱਦਾਂ ਦਾ ਕੰਮ ਕਰੇ ਵੀ ਉਹਨੂੰ ਮੌਕੇ 'ਤੇ ਫੜ ਲਾ ਨਾ,
ਤੇ ਮਾਨ ਸਾਹਿਬ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਮੇਰੇ ਪਿੱਛੇ ਜੰਟ ਟੰਗੂ ਲੱਗੀ ਹੋਈ ਆ ਵੀ ਇਹਨਾਂ ਵੀ ਕੀ ਕਰਦਾ, ਕਿੱਥੇ ਜਾਂਦਾ, ਕਿੱਥੇ ਨਹੀਂ। ਉਹਦੇ ਇੱਕ ਬਟਨ ਲੱਗਿਆ ਹੋਇਆ, ਉਹਦੇ ਵਿੱਚ ਕੈਮਰਾ ਲੱਗਿਆ ਹੋਇਆ ਨਾ, ਉਹ ਸਾਰਾ ਕੁਝ ਰਿਕਾਰਡ ਕਰ ਰਹੀ ਹੈ। ਬਾਈ ਨੂੰ ਸਭ ਕੁਝ ਪਤਾ ਵਾ, ਸਟੋਰੀ ਟਾਈਪ ਵੀਡੀਓ ਬਣਾਈ ਹੈ, ਵੀਡੀਓ ਕਹਿਣਾ, ਵੀਡੀਓਗ੍ਰਾਫੀ ਬਹੁਤ ਕਹਿਣਾ, ਅਤੇ ਬਾਈ ਨੂੰ ਕਾਫੀ ਨੌਲੇਜ ਹੈ ਨਾ ਇਹ ਚੀਜ਼ਾਂ ਦੀ ਜੀ। ਮਿਊਜ਼ਿਕ ਦੇਖੋ ਤੁਸੀਂ, ਕਿਆ ਬਾਤ ਆ ਦੋਸਤ। ਜਿੰਨੀ ਮਰਜ਼ੀ ਖਾਧੀ ਪੀਤੀ ਹੋਵੇ ਬਟ ਕਦੇ ਗਲਤ ਕੰਮ ਨਹੀਂ ਕਰਦੇ, ਰੱਬ ਦਾ ਨਾਂ ਭੁੱਲਦਾ ਨਹੀਂ ਹੈ ਨਾ। ਫਿਰ ਵੀ ਇੱਦਾਂ ਨਹੀਂ ਹੈ ਖਾ ਪੀ ਕੇ ਕੋਈ ਗਲਤ ਕੰਮ ਕਰਦੇ ਹਾਂ। ਬਾਈ ਨੇ ਤਾਂ ਕਰਕੇ ਆਹ ਲੈਣ ਲਿਖਿਆ ਵੀ ਨਾ, ਰੱਬ ਦਾ ਨਾਂ ਨਹੀਂ ਭੁੱਲਦਾ ਸਾਨੂੰ, ਚਾਹੇ ਜਿੰਨਾ ਮਰਜ਼ੀ ਅਸੀਂ ਖਾ ਪੀ ਲੈਂਦੇ ਹਾਂ ਤਾਂ ਵੀ, ਹੈ ਨਾ। ਦੇਖੋ ਇੱਕ ਲੈਣ ਬਾਈ ਦੀ ਹੁੰਦੀ ਹੈ ਨਾ, ਮੀਨਿੰਗਫੁੱਲ ਹੁੰਦੀ ਆ ਨਾ, ਇੱਕ ਇੱਕ ਲੈਣ ਦਾ ਕੋਈ ਨਾ ਕੋਈ ਮਤਲਬ ਹੁੰਦਾ। ਬਾਕੀ ਅੱਗੇ ਦੇ ਦਿੱਤੇ ਬਾਈ ਕਹਿੰਦਾ ਦੇਖਿਆ ਕਹਿੰਦਾ ਇਹ ਵਤਨ ਪੀਰਾਂ ਅਵਤਾਰਾਂ ਦਾ, ਜਿਹੜੀ ਪੰਜਾਬ ਦੀ ਧਰਤੀ ਆ ਉੱਥੇ ਪੀਰਾਂ ਅਵਤਾਰਾਂ ਨੇ ਜਨਮ ਲਿਆ ਹੋਇਆ, ਪਵਿੱਤਰ ਧਰਤੀ ਆ ਇਹ ਸਾਡੀ ਪੰਜਾਬ ਦੀ। ਕਿਆ ਬਾਤ ਆ, ਸਿਰਫ ਸਮਝਣ ਦੀ ਲੋੜ ਹੁੰਦੀ ਆ ਚੀਜ਼ ਨੂੰ, ਬਟ ਮਾਨ ਸਾਹਿਬ ਦੇ ਗਾਣੇ ਵੀ ਸਿਰਾ ਹੀ ਹੁੰਦੇ ਆ। ਸਾਰੀਆਂ ਲਾ ਦਿਆ, ਹੈਰਾਨ ਹੋ ਗਈ ਦੇਖ ਕੇ ਹੁਣ, ਬਈ ਬਾਈ ਨੂੰ ਸਭ ਕੁਝ ਪਤਾ ਸੀ। ਸੋ ਦੋਸਤੋ ਇਹ ਸੀ ਗਾਣਾ, ਗਾਣਾ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਇਆ ਨਾ, ਅਤੇ ਕਦੇ ਵੀ ਪੁਰਾਣੇ ਹੋ ਸਕਦਾ ਮਾਨ ਸਾਹਿਬ ਦਾ ਗਾਣੇ, ਜਿਹੜੇ ਪੁਰਾਣੇ ਨੇ ਖਾਸ ਕਰਕੇ ਨਾ, ਨਾ ਮਰਜ਼ੀ ਸੁਣੋ ਅਤੇ ਕਦੇ ਬੰਦਾ ਬੋਰ ਨਹੀਂ ਹੁੰਦਾ। ਜਿਹੜੀ ਬਾਈ ਦੀ ਐਲਬਮ ਆ ਇਹ, ਉਹੀ ਚੰਨ ਉਹੀ ਰਾਤਾਂ, ਅਤੇ ਪਲੱਸ ਜਿਹੜੀ ਹਸ਼ਰ ਹਸ਼ਰ ਮੂਵੀ ਸੀ ਉਹਦੇ ਵੀ ਕਿੰਨੇ ਵਧੀਆ ਸੌਂਗ ਨੇਗੇ। ਮਤਲਬ ਪੁਰਾਣਾ ਜਿਹੜਾ ਮਰਜ਼ੀ ਗਾਣਾ ਕੱਢ ਲਾ ਬਾਈ ਦਾ, ਅੱਜ ਵੀ ਉਹ ਨਵਾਂ ਲੱਗਦਾ ਅਤੇ ਜਦੋਂ ਮਰਜ਼ੀ ਸੁਣੋ ਕਦੇ ਬੰਦਾ ਬੋਰ ਨਹੀਂ ਹੁੰਦਾ। ਪਲੱਸ ਜਿਹੜੀ ਆਹ ਗਾਣੇ ਦੀ ਵੀਡੀਓ ਆ, ਵੀਡੀਓ ਦੇਖ ਲਓ ਕਿੰਨੇ ਵਧੀਆ ਤਰੀਕੇ ਨਾਲ ਤਿਆਰ ਕੀਤੀ ਆ, ਹੈ ਨਾ। ਵੀ ਉਸ ਟਾਈਮ 'ਚ ਜਦੋਂ ਇਹ ਐਲਬਮ ਆਈ ਸੀਗੀ, ਬਾਈ ਦੀ ਇਹ ਵੀਡੀਓ ਤਿਆਰ ਕੀਤੀ ਆ, ਗਾਣੇ ਦੇ ਹਿਸਾਬ ਨਾਲ ਵੀ ਜਿੱਦਾਂ ਦੇ ਗਾਣੇ ਲਿਰਿਕਸ ਸੀ ਉਸ ਹਿਸਾਬ ਨਾਲ ਵੀਡੀਓ ਤਿਆਰ ਕੀਤੀ ਆ, ਅਤੇ ਸਟੋਰੀ ਟਾਈਪ ਵੀਡੀਓ ਸੀ ਨਾ। ਅਤੇ ਇਹ ਬਹੁਤ ਵੱਡੀ ਗੱਲ ਆ, ਕਿਉਂਕਿ ਪਹਿਲਾਂ ਤੁਹਾਨੂੰ ਪਤਾ ਇੱਦਾਂ ਦੀ ਵੀਡੀਓ ਨਹੀਂ ਆਉਂਦੀਆਂ ਸੀ, ਘੱਟ ਆਉਂਦੀਆਂ ਸੀ, ਪਰ ਮਾਨ ਸਾਹਿਬ ਨੇ ਉਸ ਟਾਈਮ 'ਚ ਵੀਡੀਓ ਬਣਾ ਦਿੱਤੀ। ਬਹੁਤ ਵੱਡੀ ਗੱਲ ਹੈ ਆਪਣੇ ਆਪ 'ਚ। ਬਾਕੀ ਐਲਬਮ ਜਿਹੜੀ ਸਾਰੀ ਹੈ ਉਹੀ ਚਾਨੂੰ ਵੀਰਾਂ ਤੋਂ, ਸਾਰੀ ਐਲਬਮ ਵੀ ਸਿਰਾ ਨਾ। ਉਦੋਂ ਬਾਅਦ ਪਿਆਸ ਐਲਬਮ ਆ ਗਈ, ਮੇਰਾ ਗਮ ਆ ਗਈ, ਜਿੰਨੀਆਂ ਬਾਈ ਦੀਆਂ ਟੌਪ ਦੀਆਂ ਐਲਬਮ ਸਾਰੀਆਂ ਪੁਰਾਣੀਆਂ ਸਾਰੀਆਂ ਟੌਪ 'ਤੇ ਨੇ, ਅਤੇ ਹਜੇ ਵੀ ਉਹ ਚੱਲ ਰਹੀਆਂ ਨੇ ਐਲਬਮਾਂ, ਅਤੇ ਤੁਸੀਂ ਸੁਣਦੇ ਹੋਵੋਗੇ ਪੁਰਾਣੇ ਗਾਣੇ ਨਾ ਮਾਨ ਸਾਹਿਬ ਦੇ। ਅਤੇ ਬਾਕੀ ਹੋਰ ਵੀ ਆਪਾਂ ਕਾਫੀ ਗਾਣੇ ਦੇ ਬਾਈ ਦੇ ਰਿਐਕਟ ਕੀਤੇ ਹੋਏ ਆ ਪੁਰਾਣੇ, ਹੈ ਨਾ, ਉਹੀ ਚਾਨੂੰ ਹੀਰ ਆਪਣੇ ਐਲਬਮ ਦੇ, ਅਤੇ ਹਸ਼ਰ ਮੂਵੀ ਦੇ ਵੀ ਕੀਤੇ ਹੋਏ, ਇੱਕ ਮੂਵੀ ਦੇ ਟੋਟਲੀ ਸਾਰੇ ਕੀਤੇ ਹੋਏ ਆ। ਅਤੇ ਤੁਸੀਂ ਨਹੀਂ ਚੈੱਕ ਕੀਤੇ ਜ਼ਰੂਰ ਚੈੱਕ ਕਰਿਓ, ਅਤੇ ਮਾਨ ਸਾਹਿਬ ਨੂੰ ਪਿਆਰ ਕਰਨ ਵਾਲੇ ਚੈਨਲ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ। ਮਿਲਦੇ ਫਿਰ ਆਪਾਂ ਅਗਲੀ ਵੀਡੀਓ 'ਚ, ਸਤਿ ਸ਼੍ਰੀ ਅਕਾਲ।